ਟੂਡੇ ਪੰਜਾਬ ਨਿਊਜ਼ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਮੈਂ ਹਾਂ ਤਰਸੇਮ ਸਿੰਘ ਮਠਾੜੂ, ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ। ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ 'ਤੇ। ਪਹਿਲੀ ਚੋਣਵੀਂ ਖਬਰ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਚਰਚਾਵਾਂ ਨੂੰ ਦੱਸਿਆ ਅਫਵਾਹ, ਸਿਰੇ ਤੋਂ ਕੀਤਾ ਖੰਡਨ। ਰਾਇਲ ਐਨਫੀਲਡ ਦੀ ਇਹ ਬਾਈਕ ਹੋ ਗਈ ਟੈਕਸ ਫਰੀ, ਹੁਣ ਹੋਵੇਗੀ ਇੰਨੀ ਬੱਚਤ। ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ ਆਈ ਸਾਹਮਣੇ। ਸਰਮਾਏਦਾਰਾਂ ਨੇ ਬੋਲੀ ਲਗਾ ਕੇ 35.5 ਲੱਖ ਰੁਪਏ 'ਚ ਮਾਰਿਆ ਸਰਪੰਚੀ ਦਾ ਸੌਦਾ। ਪੰਚਾਇਤੀ ਚੋਣਾਂ ਨੂੰ ਲੈ ਕੇ ਰਾਜ ਚੋਣ ਕਮਿਸ਼ਨ ਦਾ ਵੱਡਾ ਫੈਸਲਾ, NOC ਦੀ ਥਾਂ ਸਵੇ ਹਲਫ਼ਨਾਮੇ 'ਤੇ ਚੋਣ ਲੜ ਸਕਣਗੇ ਉਮੀਦਵਾਰ। ਪੰਜਾਬ ਦੇ 5 ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਹੁਕਮ ਜਾਰੀ। ਹੁਣ ਨਕਲ ਮਾਰਨ ਤੋਂ ਪਹਿਲਾਂ 100 ਵਾਰ ਸੋਚਣਗੇ ਵਿਦਿਆਰਥੀ, ਆ ਗਿਆ CBSE ਵੱਲੋਂ ਨਵਾਂ ਆਰਡਰ। ਕੈਨੇਡਾ ਵੱਲੋਂ 24,000 ਸਟੱਡੀ ਵੀਜ਼ੇ ਰੱਦ। ਗੈਰ ਬਾਸਪਤੀ ਚਿੱਟੇ ਚੌਲਾਂ ਨੂੰ ਨਿਰਯਾਤ 'ਤੇ ਡਿਊਟੀ ਤੋਂ ਛੋਟ, ਘੱਟੋ ਘੱਟ ਕੀਮਤ $490 ਪ੍ਰਤੀ ਟਨ ਨਿਰਧਾਰਿਤ। 3 ਤੋਂ 13 ਅਕਤੂਬਰ ਤੱਕ ਚੱਲਣਗੀਆਂ ਛੁੱਟੀਆਂ, ਸਕੂਲ ਅਤੇ ਬੈਂਕ ਕਰਮਚਾਰੀਆਂ ਦੀਆਂ ਮੌਜਾਂ। 6 ਪੰਚਾਇਤਾਂ ਦੀ ਚੋਣ 'ਤੇ ਲੱਗੀ ਰੋਕ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਮੁਕੰਮਲ ਬੰਦ ਦਾ ਐਲਾਨ, ਸਰਵ ਪਾਰਟੀਆਂ ਨੇ ਸਹਿਮਤੀ ਨਾਲ ਲਿਆ ਫੈਸਲਾ। ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ, ਜੇਲ੍ਹ ਤੋਂ ਪਹਿਲਾਂ ਆਇਆ ਹੁੰਦਾ ਤਾਂ ਹਰਿਆਣਾ 'ਚ ਸਾਡੀ ਸਰਕਾਰ ਹੋਣੀ ਸੀ। ਤਾਂ ਦੋਸਤੋ, ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ। ਹੁਣ ਗੱਲ ਕਰਦੇ ਹਾਂ ਇਹਨਾਂ ਖਬਰਾਂ ਦੀ ਵਿਸਤਾਰ ਨਾਲ। ਪਹਿਲੀ ਖਬਰ ਹੈ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਚਰਚਾਵਾਂ ਨੂੰ ਦੱਸਿਆ ਅਫਵਾਹ, ਸਿਰੇ ਤੋਂ ਕੀਤਾ ਖੰਡਨ। ਸ਼ਨੀਵਾਰ ਨੂੰ ਸੋਸ਼ਲ ਮੀਡੀਆ ਉੱਤੇ ਚਾਣਕ ਉੱਠੀਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੁਰੱਖਿਆ ਵਧਾਉਣ ਅਤੇ ਉਹਨਾਂ ਨੂੰ ਦਿੱਲੀ ਬੁਲਾਉਣ ਬਾਰੇ ਚਰਚਾਵਾਂ ਨੂੰ ਮਹਿਜ ਅਫਵਾਹ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਅਚਾਨਕ ਇੰਟਰਨੈੱਟ ਮੀਡੀਆ 'ਤੇ ਇਹ ਖਬਰ ਫੈਲ ਗਈ ਕਿ ਜਲਦ ਹੀ ਸੂਬਾ ਸਰਕਾਰ 'ਚ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਹੈ, ਕਿਉਂਕਿ ਜਿੱਥੇ ਇੱਕ ਪਾਸੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਉੱਥੇ ਹੀ ਉਹਨਾਂ ਨੂੰ ਵੀ ਦਿੱਲੀ ਬੁਲਾਇਆ ਗਿਆ। ਇਹਨਾਂ ਰਿਪੋਰਟਾਂ ਮੁਤਾਬਕ ਸੂਬਾ ਸਰਕਾਰ ਵਿੱਚ ਵੱਡੇ ਬਦਲਾਅ ਹੋਣ ਦੀ ਸੰਭਾਵਨਾ, ਪਰ ਦੂਜੇ ਪਾਸੇ ਜਦੋਂ ਕੁਲਤਾਰ ਸਿੰਘ ਸੰਧਵਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਸ ਨੂੰ ਮਹਿਜ ਅਫਵਾਹ ਦੱਸਿਆ। ਵਾਨਣਯੋਗ ਹੈ ਕਿ ਉਹ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਪਿੰਡ ਢੀਮਾਵਾਲੀ ਵਿਖੇ ਇੱਕ ਟੂਰਨਾਮੈਂਟ ਵਿੱਚ ਹਿੱਸਾ ਲੈਣ ਪਹੁੰਚੇ। ਇਸ ਦੌਰਾਨ ਜਦੋਂ ਇਸ ਸੰਬੰਧੀ ਪੱਤਰਕਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਉਕਤ ਚਰਚਾ ਨੂੰ ਮਹਿਜ ਅਫਵਾਹ ਕਰਾਰ ਦਿੰਦਿਆਂ ਕਿਹਾ ਕਿ ਮੀਡੀਆ ਨੂੰ ਸੱਚਾਈ ਸਭ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ, ਕਿਉਂਕਿ ਮੀਡੀਆ ਦਾ ਕੰਮ ਲੋਕਾਂ ਸਾਹਮਣੇ ਅਸਲ ਤੱਥਾਂ ਨੂੰ ਪੇਸ਼ ਕਰਨਾ ਹੈ, ਨਾ ਕਿ ਵਿਚਾਰ ਵਟਾਂਦਰੇ ਅਤੇ ਉਕਤ ਚਰਚਾਵਾਂ ਸਿਰਫ ਅਫਵਾਹਾਂ ਹਨ। ਉਸ ਨੇ ਇੱਥੋਂ ਤੱਕ ਕਿਹਾ ਕਿ ਇਹ ਸਵਾਲ ਪੁੱਛਣ ਵਾਲਾ ਹੀ ਨਹੀਂ ਸੀ। ਰਾਇਲ ਐਨਫੀਲਡ ਦੀ ਇਹ ਬਾਈਕ ਹੋ ਗਈ ਟੈਕਸ ਫਰੀ, ਹੁਣ ਹੋਵੇਗੀ ਇੰਨੀ ਬੱਚਤ। ਦੇਸ਼ ਵਿੱਚ ਫੈਸਟਿਵ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਤੌਰ 'ਤੇ ਹੁਣ ਰਾਇਲ ਐਨਫੀਲਡ ਨੇ ਵੀ ਆਪਣੀ ਮਸ਼ਹੂਰ ਬਾਈਕ ਹੰਟਰ 350 ਨੂੰ ਟੈਕਸ ਫਰੀ ਕਰ ਦਿੱਤਾ ਹੈ। ਇਸ ਬਾਈਕ ਨੂੰ ਕੈਂਟੀਨ ਸਟੋਰਸ ਡਿਪਾਰਟਮੈਂਟ ਯਾਨੀ CSD ਤੋਂ ਵੀ ਖਰੀਦਿਆ ਜਾ ਸਕਦਾ। ਤੁਹਾਨੂੰ ਦੱਸ ਦਈਏ ਕਿ ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਜਵਾਨਾਂ ਨੂੰ 28% ਦੀ ਥਾਂ ਸਿਰਫ 14% ਹੀ ਟੈਕਸ ਦੇਣਾ ਪਵੇਗਾ। ਰਾਇਲ ਐਨਫੀਲਡ ਹੰਟਰ 350 VB CSD 'ਤੇ ਉਪਲਬਧ ਹੈ ਅਤੇ ਸਿੱਧਾ ਫਾਇਦਾ ਗਾਹਕਾਂ ਨੂੰ ਉਪਲਬਧ ਹੋਵੇਗਾ। ਫੈਕਟਰੀ ਬਲੈਕ ਅਤੇ ਸਿਲਵਰ ਹੰਟਰ 350 ਦੀ ਸਿਵਲ ਐਕਸੈਸ ਸ਼ੋਰੂਮ ਕੀਮਤ 1,59,000 ਰੁਪਏ, ਜਦੋਂ ਕਿ ਇਸਦੀ CSD ਐਕਸ ਸ਼ੋਰੂਮ ਕੀਮਤ 1,30,750 ਰੁਪਏ ਹੈ। ਅਜਿਹੇ 'ਚ ਇਸ ਬਾਈਕ ਨੂੰ ਖਰੀਦ ਕੇ 20,144 ਰੁਪਏ ਤੱਕ ਦੀ ਬੱਚਤ ਕੀਤੀ ਜਾ ਸਕਦੀ ਹੈ। ਅਤੇ ਇਸ ਤੋਂ ਇਲਾਵਾ ਰਾਇਲ ਐਨਫੀਲਡ ਹੰਟਰ 350 ਡੈਪਰ ਵਾਈਟ ਐਕਸ ਗ੍ਰੇ ਬਾਈਕ 'ਤੇ ਸਿਵਲ ਐਕਸ ਸ਼ੋਰੂਮ ਕੀਮਤ 1,69,656 ਰੁਪਏ, ਜਦੋਂ ਕਿ CSD ਐਕਸ ਸ਼ੋਰੂਮ ਕੀਮਤ ਇਸਦੀ 1,47,086 ਰੁਪਏ ਰਹਿ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ। ਮੋਹਾਲੀ ਫੋਰਟਿਸ ਹਸਪਤਾਲ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਬੁਲੇਟਿਨ ਜਾਰੀ ਕੀਤਾ ਗਿਆ। ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾਕਟਰ ਆਰ ਕੇ ਜਸਵਾਲ ਨੇ ਦੱਸਿਆ ਕਿ ਉਹਨਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂਚ ਕੀਤੀ। ਡਾਕਟਰ ਜਸਵਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਕਲੀਨਿਕਲ ਮਾਪਦੰਡਾਂ ਵਿੱਚ ਮਹੱਤਵ ਸੁਧਾਰ ਦੇ ਸੰਕੇਤ ਦਿਖਾਏ ਨੇ। ਉਹਨਾਂ ਨੇ ਪਲਮਨਰੀ ਆਰਟਰੀ ਪ੍ਰੈਸ਼ਰ ਵਿੱਚ ਵਾਧੇ ਦੇ ਇਲਾਜ ਲਈ ਵੀ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਇਸ ਸਮੇਂ ਮੁੱਖ ਮੰਤਰੀ ਦੇ ਸਾਰੇ ਸਰੀਰ ਪੂਰੀ ਤਰ੍ਹਾਂ ਸਥਿਰ ਹਨ, ਜਿਵੇਂ ਕਿ ਟ੍ਰੋਪੋਕਿਕਲ ਬੁਖਾਰ ਲਈ ਦਾਖਲੇ ਦੇ ਸਮੇਂ ਸ਼ੱਕੀ ਸੀ ਅਤੇ ਲੈਪਟੋਸਪਾਇਰੋਸਿਸ ਦੇ ਨਾਲ ਲਈ ਉਹਨਾਂ ਦੇ ਖੂਨ ਦੇ ਟੈਸਟ ਸਕਾਰਾਤਮਕ ਵਾਪਸ ਆਏ। ਮੁੱਖ ਮੰਤਰੀ ਨੂੰ ਪਹਿਲਾਂ ਵੀ ਢੁਕਵੀਂ ਐਂਟੀਬਾਇਓਟਿਕ ਦਵਾਈ ਦਿੱਤੀ ਜਾ ਚੁੱਕੀ ਹੈ ਅਤੇ ਸਾਰੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਅਤੇ ਹੋਰ ਰੋਗਾਂ ਸੰਬੰਧੀ ਜਾਂਚਾਂ ਨੇ ਤਸੱਲੀਬਖਸ਼ ਸੁਧਾਰ ਦਿਖਾਇਆ ਹੈ। ਸਰਮਾਏਦਾਰਾਂ ਨੇ ਬੋਲੀ ਲਗਾ ਕੇ 35 ਲੱਖ 'ਚ ਮਾਰਿਆ ਸਰਪੰਚੀ ਦਾ ਸੌਦਾ। ਪੰਜਾਬ 'ਚ 15 ਅਗਸਤ ਨੂੰ ਪੰਚਾਇਤੀ ਚੋਣਾਂ ਲਈ ਵੋਟਿੰਗ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਲਈ ਵੋਟਿੰਗ ਹੋਣੀ ਹੈ। ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਵਿੱਚ ਮਾਹੌਲ ਪੱਕਿਆ ਹੋਇਆ ਅਤੇ ਕਈ ਪਿੰਡਾਂ ਵਿੱਚ ਸਹਿਮਤੀ ਨਾਲ ਪੰਚਾਇਤੀ ਚੋਣ ਵੀ ਹੋ ਚੁੱਕੀ ਹੈ। ਉੱਥੇ ਹੀ ਕਈ ਪਿੰਡ ਐਸੇ ਵੀ ਨੇ ਜਿੱਥੇ ਬੋਲੀ ਲਗਾ ਕੇ ਸਰਪੰਚ ਦੀ ਚੋਣ ਹੋ ਰਹੀ ਹੈ ਅਤੇ ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਬਾਹ ਅਧੀਨ ਆਉਂਦੇ ਪਿੰਡ ਕੋਟਲੀ ਅਬਲੂ ਦੇ ਨੇੜੇ ਕੋਠੇ ਚੀਦਿਆਂ ਵਾਲਿਆਂ ਦੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ, ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਬੋਲੀ ਦੀ ਰਕਮ ਗੁਰਦੁਆਰਾ ਸਾਹਿਬ ਨੂੰ ਦੇਣ ਦਾ ਫੈਸਲਾ ਹੋਇਆ, ਜਿਸ ਵਿੱਚ ਵੱਡੇ ਜ਼ਿਮੀਂਦਾਰਾਂ ਨੇ ਇੱਕ ਦੂਜੇ ਨਾਲੋਂ ਵੱਧ ਚੜ੍ਹ ਕੇ ਆਪਣੀ ਆਰਥਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਵੀਡੀਓ ਵਿੱਚ ਦੇਖਿਆ ਜਾ ਸਕਦਾ ਕਿ ਬੋਲੀ ਦੇ ਅੰਤ ਤੱਕ ਫੈਸਲਾ 35,50,000 ਵਿੱਚ ਹੋ ਜਾਂਦਾ ਅਤੇ ਸਰਪੰਚ ਦੀ ਚੋਣ ਜਿਹੜੀ ਹੈ ਉਹ ਹੋ ਜਾਂਦੀ ਹੈ। ਸੂਬੇ 'ਚ 15 ਅਕਤੂਬਰ ਨੂੰ ਵੋਟਾਂ ਪੈਣਗੀਆਂ। ਦੱਸ ਦਈਏ ਕਿ ਸਵੇਰੇ 8 ਵਜੇ ਤੋਂ 4 ਵਜੇ ਤੱਕ ਵੋਟਿੰਗ ਹੋਵੇਗੀ। ਉਮੀਦਵਾਰ 4 ਅਕਤੂਬਰ ਤੱਕ ਨਾਮਜ਼ਦਗੀਆਂ ਭਰ ਸਕਣਗੇ। 5 ਅਕਤੂਬਰ ਨੂੰ ਸਕੂਟਨਿੰਗ ਹੋਵੇਗੀ ਅਤੇ 7 ਅਕਤੂਬਰ ਤੱਕ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਣਗੇ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੈਲਟ ਬਾਕਸ ਰਾਹੀਂ ਹੀ ਵੋਟਿੰਗ ਹੋਵੇਗੀ ਅਤੇ ਵੋਟਰ ਇਸ ਵਾਰ ਨੋਟਾਂ ਦਾ ਵੀ ਇਸਤੇਮਾਲ ਕਰ ਸਕਣਗੇ। ਪੰਚਾਇਤੀ ਚੋਣਾਂ ਨੂੰ ਲੈ ਕੇ ਰਾਜ ਚੋਣ ਕਮਿਸ਼ਨ ਦਾ ਵੱਡਾ ਫੈਸਲਾ। NOC ਦੀ ਥਾਂ ਸਵੇ ਹਲਫ਼ਨਾਮੇ 'ਤੇ ਚੋਣ ਲੜ ਸਕਣਗੇ ਉਮੀਦਵਾਰ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਉਮੀਦਵਾਰ ਨੂੰ NOC ਨਹੀਂ ਮਿਲ ਪਾਉਂਦੀ ਤਾਂ ਉਹ ਸਵੇ ਹਲਫ਼ਨਾਮਾ ਦੇ ਕੇ ਨਾਮਜ਼ਦਗੀ ਫਾਰਮ ਭਰ ਸਕਦਾ ਹੈ। ਇਸ ਕਾਰਨ ਉਹਨਾਂ ਦੀ ਨਾਮਜ਼ਦਗੀ ਰੱਦ ਨਹੀਂ ਹੋਵੇਗੀ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਅਕਸਰ ਪੰਚਾਇਤੀ ਚੋਣਾਂ ਵਿੱਚ ਨਾਮਜ਼ਦਗੀਆਂ ਦੇ ਨਾਲ NOC ਸਰਟੀਫਿਕੇਟ ਨੱਥੀ ਨਾ ਹੋਣ ਕਾਰਨ ਰੱਦ ਹੋ ਜਾਂਦੀਆਂ ਨੇ। ਰਾਜ ਕਮਲ ਚੌਧਰੀ ਨੇ ਦੱਸਿਆ ਕਿ ਉਮੀਦਵਾਰ ਨੂੰ ਹਲਫ਼ਨਾਮੇ ਵਿੱਚ ਇਹ ਦੱਸਣਾ ਹੋਵੇਗਾ ਕਿ ਉਹ ਰਾਜ ਦੀ ਜਿਸ ਪੰਚਾਇਤ ਵਿੱਚ ਉਮੀਦਵਾਰ ਵਜੋਂ ਚੋਣ ਲੜਨ ਜਾ ਰਿਹਾ ਉਸ ਗ੍ਰਾਮ ਪੰਚਾਇਤ ਬਾਰੇ ਟੈਕਸ ਜਾਂ ਫੀਸ ਦੇ ਰੂਪ ਵਿੱਚ ਕੋਈ ਉਸਦੀ ਕੋਈ ਰਕਮ ਬਕਾਇਆ ਹੈ ਜਾਂ ਨਹੀਂ। ਇਸ ਤੋਂ ਇਲਾਵਾ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 11 ਤਹਿਤ ਉਸ ਨੂੰ ਇਹ ਐਲਾਨ ਕਰਨਾ ਹੋਵੇਗਾ ਕਿ ਪੰਚਾਇਤ ਦੀ ਕਿਸੇ ਵੀ ਜਾਇਦਾਦ ਜਾਂ ਜ਼ਮੀਨ 'ਤੇ ਉਸਦਾ ਕਬਜ਼ਾ ਨਹੀਂ ਹੈ ਅਤੇ ਉਸ ਜਾਇਦਾਦ ਦਾ ਲਾਭ ਨਹੀਂ ਲੈ ਰਿਹਾ। ਦਰਅਸਲ ਹੁਣ ਤੱਕ ਇਹਨਾਂ ਨਿਯਮਾਂ ਤਹਿਤ ਉਮੀਦਵਾਰ ਲਈ ਆਪਣੇ BDPO ਜਾਂ ਸੰਬੰਧਿਤ ਅਥਾਰਟੀ ਤੋਂ NOC ਲੈਣਾ ਲਾਜ਼ਮੀ ਸੀ। ਕਈ ਵਾਰ NOC ਲੈਣ ਦੀ ਪ੍ਰਕਿਰਿਆ ਵਿੱਚ ਦੇਰੀ ਹੋਣ ਕਾਰਨ ਨਾਮਜ਼ਦਗੀਆਂ ਬਿਨਾਂ ਕਿਸੇ ਕਾਰਨ ਰੱਦ ਕਰ ਦਿੱਤੀਆਂ ਗਈਆਂ। ਪੰਜਾਬ ਦੇ 5 ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਹੁਕਮ ਜਾਰੀ। ਪੰਜਾਬ ਦੇ 5 ਸਾਬਕਾ ਮੰਤਰੀਆਂ ਨੂੰ ਕੋਠੀਆਂ ਖਾਲੀ ਕਰਨ ਦੇ ਨੋਟਿਸ ਜਾਰੀ ਕੀਤਾ ਗਿਆ। ਪ੍ਰਸ਼ਾਸਕੀ ਅਫਸਰ ਪੰਜਾਬ ਸੇਵਾ ਸਕੱਤਰੇਤ ਵੱਲੋਂ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਤਹੇੜ, ਚੇਤਨ ਸਿੰਘ ਜੋੜਾ ਮਾਜਰਾ, ਬਲਕਾਰ ਸਿੰਘ ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਨੂੰ ਸਰਕਾਰੀ ਕੋਠੀ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ।
ਨੋਟਿਸ ਵਿੱਚ ਕਿਹਾ ਗਿਆ ਕਿ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ 'ਤੇ 15 ਦਿਨਾਂ ਦੇ ਅੰਦਰ ਅੰਦਰ ਸਰਕਾਰੀ ਕੋਠੀ ਖਾਲੀ ਕਰਨੀ ਹੁੰਦੀ ਹੈ। ਇਸ ਲਈ ਤੁਸੀਂ ਕੋਠੀ ਖਾਲੀ ਕਰਕੇ ਲੋਕ ਨਿਰਮਾਣ ਵਿਭਾਗ ਦੇ ਹਵਾਲੇ ਕਰੋ ਤਾਂ ਜੋ ਨਵੇਂ ਬਣੇ ਮੰਤਰੀਆਂ ਨੂੰ ਕੋਠੀਆਂ ਅਲਾਟ ਕੀਤੀਆਂ ਜਾ ਸਕਣ। ਹੁਣ ਨਕਲ ਮਾਰਨ ਤੋਂ ਪਹਿਲਾਂ 100 ਵਾਰ ਸੋਚਣਗੇ ਵਿਦਿਆਰਥੀ, ਆ ਗਿਆ CBSE ਵੱਲੋਂ ਨਵਾਂ ਆਰਡਰ। ਸਾਰੀਆਂ ਪ੍ਰੀਖਿਆਵਾਂ 'ਚ ਚੋਰੀ ਦੀਆਂ ਵਧਦੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਹੁਣ CBSE ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 'ਚ ਵੀ ਵਾਧੂ ਚੌਕਸੀ ਵਰਤਣ ਦਾ ਫੈਸਲਾ ਕੀਤਾ। ਇਸ ਲੜੀ 'ਚ ਪਹਿਲੀ ਵਾਰ CBSE ਨੇ ਬੋਰਡ ਪ੍ਰੀਖਿਆਵਾਂ CCTV ਕੈਮਰਿਆਂ ਦੀ ਨਿਗਰਾਨੀ ਹੇਠ ਕਰਵਾਉਣ ਦਾ ਫੈਸਲਾ ਕੀਤਾ। ਬੋਰਡ ਨੇ ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ 'ਚ ਸਪੱਸ਼ਟ ਕੀਤਾ ਕਿ ਸਾਲ 2025 ਦੀਆਂ ਬੋਰਡ ਪ੍ਰੀਖਿਆਵਾਂ CCTV ਕੈਮਰਿਆਂ ਦੀ ਨਿਗਰਾਨੀ 'ਚ ਹੋਣਗੀਆਂ। ਇਸ ਲਈ ਜੋ ਵੀ ਸਕੂਲ ਪ੍ਰੀਖਿਆ ਕੇਂਦਰ ਬਣਾਏ ਜਾਣਗੇ ਉਹਨਾਂ ਨੂੰ ਹਰ ਕਮਰੇ ਵਿੱਚ CCTV ਕੈਮਰੇ ਲਗਾਏ ਜਾਣਗੇ। ਪ੍ਰੀਖਿਆ ਹਾਲ ਤੋਂ ਇਲਾਵਾ ਸਾਰੇ ਪ੍ਰੀਖਿਆ ਕੇਂਦਰਾਂ, ਸਕੂਲਾਂ ਦੇ ਦਾਖਲੇ ਤੋਂ ਲੈ ਕੇ ਪੌੜੀਆਂ ਆਦਿ ਤੱਕ ਹਰ ਜਗ੍ਹਾ ਕੈਮਰੇ ਇਸ ਤਰ੍ਹਾਂ ਲਗਾਏ ਜਾਣਗੇ ਕਿ ਉਮੀਦਵਾਰ ਹਰ ਸਮੇਂ ਕੈਮਰਿਆਂ ਦੀ ਨਿਗਰਾਨੀ ਹੇਠ ਰਹਿਣਗੇ। ਕੈਨੇਡਾ ਵੱਲੋਂ 24,000 ਸਟੱਡੀ ਵੀਜ਼ੇ ਰੱਦ। ਕੈਨੇਡਾ ਵੱਲੋਂ 24,000 ਸਟੱਡੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦਾ ਮਾਮਲਾ ਅਦਾਲਤ 'ਚ ਪੁੱਜ ਗਿਆ ਅਤੇ ਫੈਡਰਲ ਕੋਰਟ ਵੱਲੋਂ ਇੰਨੀ ਵੱਡੀ ਗਿਣਤੀ ਵਿੱਚ ਅਪੀਲਾਂ ਦੀ ਨਿਆਇਕ ਸਮੀਖਿਆ ਲਈ ਸਟੱਡੀ ਪਰਮਿਟ ਪਾਇਲਟ ਪ੍ਰੋਜੈਕਟ ਆਰੰਭਿਆ ਗਿਆ। ਪਾਇਲਟ ਪ੍ਰੋਜੈਕਟ ਅਧੀਨ ਸਿਰਫ 5 ਮਹੀਨੇ ਦੇ ਅੰਦਰ ਫੈਸਲਾ ਆ ਜਾਵੇਗਾ, ਜਦਕਿ ਆਮ ਤੌਰ 'ਤੇ ਅਜਿਹੇ ਮਾਮਲਿਆਂ ਵਿੱਚ 14 ਤੋਂ 18 ਮਹੀਨੇ ਦਾ ਸਮਾਂ ਲੱਗਦਾ ਹੈ। ਸਟੱਡੀ ਵੀਜ਼ੇ 'ਤੇ ਕੈਨੇਡਾ ਆਉਣ ਦੇ ਇੱਛੁਕ ਨੌਜਵਾਨਾਂ ਦੀ ਗਿਣਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ 5 ਸਾਲ ਪਹਿਲਾਂ ਵੀਜ਼ਾ ਅਰਜ਼ੀਆਂ ਰੱਦ ਹੋਣ 'ਤੇ ਸਿਰਫ 6,000 ਮਾਮਲੇ ਸਾਹਮਣੇ ਆਏ ਸਨ, ਜਦਕਿ ਇਸ ਵਾਰ ਅੰਕੜਾ 24,000 'ਤੇ ਪੁੱਜ ਗਿਆ। ਗੈਰ ਬਾਸਪਤੀ ਚਿੱਟੇ ਚੌਲ ਨੂੰ ਨਿਰਯਾਤ 'ਤੇ ਡਿਊਟੀ ਤੋਂ ਛੋਟ, ਘੱਟੋ ਘੱਟ ਕੀਮਤ $490 ਪ੍ਰਤੀ ਟਨ ਨਿਰਧਾਰਿਤ। ਸਰਕਾਰ ਨੇ ਸ਼ਨਿਚਰਵਾਰ ਨੂੰ ਗੈਰ ਬਾਸਪਤੀ ਚਿੱਟੇ ਚੌਲਾਂ ਦੇ ਨਿਰਯਾਤ 'ਤੇ ਲੱਗੀ ਪੂਰੀ ਪਾਬੰਦੀ ਹਟਾ ਦਿੱਤੀ ਹੈ। ਇਸ ਨੇ $490 ਪ੍ਰਤੀ ਟਨ ਦੀ ਘੱਟ ਤੋਂ ਘੱਟ ਕੀਮਤ ਵੀ ਨਿਰਧਾਰਿਤ ਕੀਤੀ ਅਤੇ ਇਸ ਨੂੰ ਨਿਰਯਾਤ ਡਿਊਟੀ ਤੋਂ ਛੋਟ ਦਿੱਤੀ ਹੈ। ਘਰੇਲੂ ਸਪਲਾਈ ਵਧਾਉਣ ਲਈ 20 ਜੁਲਾਈ 2023 ਤੋਂ ਗੈਰ ਬਾਸਪਤੀ ਚਿੱਟੇ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਗਈ ਸੀ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਨੇ ਨੋਟੀਫਿਕੇਸ਼ਨ 'ਚ ਕਿਹਾ ਕਿ ਗੈਰ ਬਾਸਪਤੀ ਚੌਲ, ਚਿੱਟੇ ਚੌਲ, ਅਰਧ ਮਿਲਡ ਜਾਂ ਪੂਰੀ ਤਰ੍ਹਾਂ ਮਿਲਡ ਚਾਵਲ ਚਾਹੇ ਚਾਹੇ ਪਾਲਸ਼ ਕੀਤੇ ਗਏ ਹੋਣ ਜਾਂ ਨਾ ਹੋਣ ਲਈ ਨਿਰਯਾਤ ਨੀਤੀ 'ਚ ਸੋਧ ਕੀਤੀ ਗਈ ਹੈ ਤਾਂ ਜੋ ਪਾਬੰਦੀ ਤੋਂ ਛੋਟ ਦਿੱਤੀ ਜਾ ਸਕੇ, ਜੋ ਤੁਰੰਤ ਪ੍ਰਭਾਵ ਨਾਲ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ। ਇਹ $490 ਪ੍ਰਤੀ ਟਨ ਦੇ MEP ਦੇ ਅਧੀਨ ਹੈ ਅਤੇ ਇਹ ਕਦਮ ਅਜਿਹੇ ਸਮੇਂ ਹੈ ਜਦੋਂ ਦੇਸ਼ ਕੋਲ ਸਰਕਾਰੀ ਗੋਦਾਮਾਂ 'ਚ ਚੌਲਾਂ ਦਾ ਕਾਫੀ ਸਟਾਕ ਅਤੇ ਪ੍ਰਚੂਨ ਕੀਮਤਾਂ ਵੀ ਕੰਟਰੋਲ 'ਚ ਨੇ। ਸਰਕਾਰ ਨੇ ਗੈਰ ਬਾਸਪਤੀ ਚਿੱਟੇ ਚੌਲਾਂ ਨੂੰ ਨਿਰਯਾਤ ਡਿਊਟੀ ਤੋਂ ਛੋੜ ਦਿੱਤੀ, ਜਦਕਿ ਉਹ ਚੌਲਾਂ 'ਤੇ ਡਿਊਟੀ ਘਟਾ ਕੇ 10% ਕਰ ਦਿੱਤੀ ਹੈ। ਵਿੱਤ ਮੰਤਰਾਲੇ ਨੇ ਅਧੀਨ ਮਾਲ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਕਿ ਉਸਨੇ ਭੂਰੇ ਚੌਲ ਅਤੇ ਝੋਨੇ ਦੇ ਨਿਰਯਾਤ ਡਿਊਟੀ ਘਟਾ ਕੇ 10% ਕਰ ਦਿੱਤੀ ਹੈ। 3 ਤੋਂ 13 ਅਕਤੂਬਰ ਤੱਕ ਚੱਲਣਗੀਆਂ ਛੁੱਟੀਆਂ, ਸਕੂਲਾਂ ਅਤੇ ਬੈਂਕ ਕਰਮਚਾਰੀਆਂ ਦੀਆਂ ਮੌਜਾਂ। ਇਸ ਸਾਲ ਅਕਤੂਬਰ ਮਹੀਨਾ ਖਾਸ ਹੋਣ ਵਾਲਾ ਕਿਉਂਕਿ ਇਸ ਦੌਰਾਨ ਕਈ ਵੱਡੇ ਤਿਉਹਾਰ ਮਨਾਏ ਜਾਣਗੇ, ਜਿਸ ਕਾਰਨ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਲੰਬੀਆਂ ਛੁੱਟੀਆਂ ਹੋਣਗੀਆਂ। 3 ਅਕਤੂਬਰ ਤੋਂ ਸ਼ੁਰੂ ਹੋਈਆਂ ਇਹ ਛੁੱਟੀਆਂ 13 ਅਕਤੂਬਰ ਤੱਕ ਜਾਰੀ ਰਹਿਣਗੀਆਂ। ਦੱਸ ਦਈਏ ਕਿ ਇਸ ਮਹੀਨੇ ਨਵਰਾਤਰੀ, ਦੁਸ਼ਹਿਰਾ, ਦੀਵਾਲੀ ਵਰਗੇ ਮਹੱਤਵਪੂਰਨ ਤਿਉਹਾਰ ਆ ਰਹੇ ਨੇ, ਜਿਸ ਕਾਰਨ ਛੁੱਟੀਆਂ ਦਾ ਐਲਾਨ ਕੀਤਾ ਗਿਆ। 3 ਅਕਤੂਬਰ ਤੋਂ ਨਵਰਾਤਰੀ ਦੀ ਸ਼ੁਰੂਆਤ ਦੇ ਨਾਲ ਨਾਲ ਮਹਾਰਾਜਾ ਅਗਰਸਿੰਘ ਜਯੰਤੀ ਮੌਕੇ ਛੁੱਟੀ ਰਹੇਗੀ। ਫਿਰ 4 ਅਤੇ 5 ਅਕਤੂਬਰ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਹਫ਼ਤਾਵਾਰੀ ਛੁੱਟੀ ਹੋਵੇਗੀ, ਜਿਸ ਕਾਰਨ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ 11 ਅਕਤੂਬਰ ਤੋਂ ਦੁਸ਼ਹਿਰੇ ਅਤੇ ਹੋਰ ਤਿਉਹਾਰਾਂ ਕਾਰਨ ਛੁੱਟੀਆਂ 13 ਅਕਤੂਬਰ ਤੱਕ ਜਾਰੀ ਰਹਿਣਗੀਆਂ। ਇੰਨੇ ਦਿਨ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਛੁੱਟੀਆਂ ਰਹਿਣਗੀਆਂ ਅਤੇ ਵਿਦਿਆਰਥੀ ਇਹਨਾਂ ਛੁੱਟੀਆਂ ਦੀ ਵਰਤੋਂ ਆਪਣੀ ਪੜ੍ਹਾਈ ਦੇ ਨਾਲ ਨਾਲ ਨਿੱਜੀ ਕੰਮਾਂ ਲਈ ਵੀ ਕਰ ਸਕਦੇ ਨੇ। 6 ਪੰਚਾਇਤਾਂ ਦੀ ਚੋਣ 'ਤੇ ਲੱਗੀ ਰੋਕ ਦੇ ਵਿਰੋਧ 'ਚ ਮੰਗਲਵਾਰ ਨੂੰ ਮੁਕੰਮਲ ਬੰਦ ਦਾ ਐਲਾਨ। ਸਰਬ ਪਾਰਟੀਆਂ ਨੇ ਸਹਿਮਤੀ ਨਾਲ ਲਿਆ ਫੈਸਲਾ। ਇਤਿਹਾਸਿਕ ਕਬਜ਼ਾ
ਕਲਾਨੌਰ ਦੀਆਂ 6 ਪੰਚਾਇਤਾਂ ਦੀ ਚੋਣ 'ਤੇ ਲੱਗੀ ਰੋਕ ਦੇ ਵਿਰੋਧ 'ਚ ਪ੍ਰਾਚੀਨ ਸ਼ਿਵ ਮੰਦਰ ਕਲਾਨੌਰ ਵਿੱਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਮੋਹਤਬਾਰਾਂ ਵੱਲੋਂ ਭਰਵੀਂ ਮੀਟਿੰਗ ਕਰਨ ਉਪਰੰਤ ਫੈਸਲਾ ਕੀਤਾ ਕਿ ਜੇਕਰ ਸਰਕਾਰ ਵੱਲੋਂ ਇਤਿਹਾਸਕ ਕਸਬਾ ਕਲਾਨੌਰ ਦੀਆਂ 6 ਪੰਚਾਇਤਾਂ ਦੀਆਂ ਚੋਣਾਂ ਨਾ ਕਰਵਾਈਆਂ ਤਾਂ ਆਉਣ ਵਾਲੇ ਸਮੇਂ 'ਚ ਹੋਣ ਵਾਲੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਜਿਵੜੀ ਚੋਣ ਵਿੱਚ ਸਮੁੱਚੇ ਕਲਾਨੌਰ ਵਾਸੀਆਂ ਵੱਲੋਂ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ, ਜੇਲ੍ਹ ਤੋਂ ਪਹਿਲਾਂ ਆਇਆ ਹੁੰਦਾ ਤਾਂ ਹਰਿਆਣੇ 'ਚ ਸਾਡੀ ਸਰਕਾਰ ਹੋਣੀ ਸੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕੈਥਲ ਦੇ ਕਲਾਇਤ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਆਪ ਤੋਂ ਬਿਨਾਂ ਹਰਿਆਣਾ ਵਿੱਚ ਕੋਈ ਵੀ ਸਰਕਾਰ ਨਹੀਂ ਬਣੇਗੀ, ਜੋ ਵੀ ਸਰਕਾਰ ਬਣੇਗੀ ਉਸਨੂੰ ਆਪ ਦਾ ਸਮਰਥਨ ਮਿਲੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਇੱਥੇ ਵੀ ਆਪਣਾ ਕੰਮ ਦਿਖਾਉਣਾ ਚਾਹੁੰਦਾ ਕਿਉਂਕਿ ਇਹ ਮੇਰਾ ਜਨਮ ਸਥਾਨ ਹੈ। ਮੈਂ 5 ਗਰੰਟੀ ਦੇ ਕੇ ਜਾ ਰਿਹਾ। ਲੋਕ ਪੁੱਛਦੇ ਹਨ ਕਿ ਕੀ ਤੁਸੀਂ ਗਰੰਟੀ ਦੇ ਰਹੇ ਹੋ, ਤੁਸੀਂ ਜਿੱਤੋਗੇ। ਜੇਕਰ ਮੈਂ 3-4 ਮਹੀਨੇ ਪਹਿਲਾਂ ਰਿਹਾਅ ਹੋ ਜਾਂਦਾ ਤਾਂ ਹਰਿਆਣਾ ਵਿੱਚ ਸਾਡੀ ਸਰਕਾਰ ਹੋਣੀ ਸੀ। ਮੈਨੂੰ 10 ਦਿਨ ਪਹਿਲਾਂ ਰਿਹਾਅ ਕੀਤਾ ਗਿਆ, ਪਰ ਅੱਜ ਵੀ ਮੈਂ ਕਹਿ ਰਿਹਾ ਕਿ ਸਾਨੂੰ ਇੰਨੀਆਂ ਸੀਟਾਂ ਮਿਲ ਰਹੀਆਂ ਹਨ ਕਿ ਸਾਡੇ ਬਿਨਾਂ ਸਰਕਾਰ ਨਹੀਂ ਬਣੇਗੀ। ਜੋ ਵੀ ਸਰਕਾਰ ਬਣੇਗੀ ਉਸਨੂੰ ਤੁਹਾਡਾ ਸਮਰਥਨ ਮਿਲੇਗਾ। ਜੋ ਵੀ ਗਰੰਟੀ ਦਿੱਤੀ ਗਈ ਅਸੀਂ ਉਸਨੂੰ ਪੂਰਾ ਕਰਾਂਗੇ। ਤਾਂ ਦੋਸਤੋ, ਇਹ ਸੀਗੀਆਂ ਆਪਣੀਆਂ ਅੱਜ ਦੀਆਂ ਵੱਡੀਆਂ ਖਬਰਾਂ। ਮਿਲਦੀਆਂ ਹੋਰ ਖਬਰਾਂ ਨਾਲ, ਹੁੰਦੇ ਲਈ ਇੰਨਾ ਹੀ। ਧੰਨਵਾਦ। ਸਤਿ ਸ਼੍ਰੀ ਅਕਾਲ।